ਤੇ ਵਕਫੇ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਔਰ ਵਿਚਾਰ ਵਟਾਂਦਰਾ ਅੱਜ ਅਸੀਂ ਕਰ ਰਹੇ ਹਾਂ ਸੁਖਪਾਲ ਖਹਿਰਾ ਜਿਨ੍ਹਾਂ ਨੂੰ ਓਪੋਜੀਸ਼ਨ ਲੀਡਰ ਦੇ ਵਜੋਂ ਹਟਾਇਆ ਗਿਆ। ਚੰਡੀਗੜ੍ਹ ਵਿਖੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਔਰ ਚੰਡੀਗੜ੍ਹ ਦੇ ਵਿੱਚ ਮੌਜੂਦ ਜਿਹੜੇ ਪੱਤਰਕਾਰ ਸੀਗੇ ਕਈ ਸਵਾਲ ਉਹਨਾਂ ਨੇ ਪੁੱਛੇ ਕਿ ਕੀ ਤੁਸੀਂ ਹੁਣ ਨਵੀਂ ਪਾਰਟੀ ਬਣਾਉਣ ਦੀ ਸੋਚ ਰਹੇ ਹੋ ਜਾਂ ਫਿਰ ਤੁਸੀਂ ਲੋਕ ਇਨਸਾਫ ਪਾਰਟੀ ਦੇ ਨਾਲ ਜਾਓਗੇ। ਅਜਿਹੇ ਸਵਾਲ ਜਿਹੜੇ ਨੇ ਉਹ ਸੁਖਪਾਲ ਖਹਿਰਾ ਤੋਂ ਪੁੱਛੇ ਗਏ, ਲੇਕਿਨ ਮੈਂ ਇੱਕ ਵਾਰੀ ਦਰਖੁਆਸਤ ਕਰਾਂਗਾ ਜਿਵੇਂ ਜੀ ਅਸੀਂ ਜ਼ਰੂਰ ਦਰਸ਼ਕਾਂ ਨੂੰ ਦਿਖਾਈਏ ਕਿ ਸੁਖਪਾਲ ਖਹਿਰਾ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੁਝ ਕਿਹਾ, ਉਹ ਵੀਡੀਓ ਅਸੀਂ ਜ਼ਰੂਰ ਦਰਸ਼ਕਾਂ ਦੇ ਸਾਹਮਣੇ ਰੱਖੀਏ। ਔਰ ਬਲਕਿ ਮੈਂ ਗੁਰੇਜ਼ ਨਹੀਂ ਕਰ ਸਕਦਾ ਕਿ ਇਹ ਸਾਰੇ ਜਿਹੜੇ ਸਾਡੇ MLAs ਨੇ ਸ਼ਾਇਦ ਅੱਜ ਇਸ ਪੋਲੀਟੀਕਲ ਅੱਜ ਦੀ ਮਾਰਾਮਾਰੀ ਦੇ ਯੁੱਗ ਵਿੱਚ ਇੱਦਾਂ ਦੇ ਬਿਹਤਰੀਨ MLA ਹੋਣਗੇ ਜਿਹੜੇ ਕਿਸੇ ਦੇ ਨਾਲ ਖੜ ਸਕਦੇ ਨੇ। ਇਮਤਿਹਾਨ ਦੀ ਘੜੀ ਆ ਇਹ। ਵੱਡੇ ਵੱਡੇ ਲੀਡਰ, ਵੱਡੇ ਵੱਡੇ ਪਾਰਟੀਆਂ ਦੇ MLA ਮੈਂ ਭੱਜਦੇ ਦੇਖੇ ਨੇ। ਮੇਰਾ ਸਲੂਟ ਹੈ ਇਹਨਾਂ ਨੂੰ ਔਰ ਸਲਾਮ ਆ। ਔਰ ਜੋ ਮੈਨੂੰ ਇਹ ਕਹਿਣਗੇ ਮੈਂ ਅੱਜ ਇਹਨਾਂ ਦੀ ਆਵਾਜ਼ ਬਣ ਕੇ ਤੁਹਾਡੇ ਨਾਲ ਇੱਥੇ ਤੁਹਾਡੇ ਦਰਮਿਆਨ ਗੱਲ ਕਰੂੰਗਾ। ਆਈ ਹੋਪ ਕਿ ਜਦੋਂ ਤੁਸੀਂ ਸਾਨੂੰ ਗੱਲ ਤੋਂ ਬਾਅਦ ਤੁਸੀਂ ਸਾਡੀ ਗੱਲ ਕਰੋਗੇ, ਮੈਂ ਤੁਹਾਨੂੰ ਸਭ ਨੂੰ ਇਹ ਬੇਨਤੀ ਕਰਨੀ ਕਿ ਲੈਟ ਇਟ ਗੋ ਪੋਜ਼ਿਟਿਵਲੀ ਟੂਡੇ। ਆਹ ਪਿੱਛੇ ਇੱਕ ਆਡੀਓ ਰਿਲੀਜ਼ ਹੋਇਆ, ਇੱਕ ਛੋਟਾ ਬੱਚਾ ਰੱਖਿਆ ਹੋਇਆ ਸਾਡੀ ਪਾਰਟੀ ਦੇ ਵਿੱਚ, ਉਸਦਾ ਆਡੀਓ ਰਿਲੀਜ਼ ਹੋਇਆ, ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦਾ ਵਾ। ਉਹਦੇ ਵਿੱਚ ਉਹ ਸਾਜਿਸ਼ ਨਜ਼ਰ ਆਉਂਦੀ ਕਿ ਸੁਖਪਾਲ ਸਿੰਘ ਖਹਿਰਾ ਦਾ ਕੱਦ ਘਟਾਉਣਾ ਵਾ, ਕੱਟਣਾ ਇਹਨੂੰ, ਇਸ ਨੂੰ ਕੱਟਣਾ ਇਸ ਦਾ ਕੱਦ। ਔਰ ਨਾਲ MLAs ਨੂੰ ਅਬਿਊਜ਼ ਕੀਤਾ ਗਿਆ। ਦੈਟ ਲੈਂਗੁਏਜ ਆਈ ਕੈਨੋਟ ਯੂਜ਼ ਹੇਅਰ ਬਿਕੋਜ਼ ਵਿਮਨ ਫੋਕ ਆਰ ਸਿਟਿੰਗ ਹੇਅਰ ਐਂਡ ਦੇ ਆਰ ਵਿਮਨ ਜਰਨਲਿਸਟ ਇਨ ਦਿਸ ਗੈਦਰਿੰਗ। ਅਬਿਊਜ਼ਿਵ ਲੈਂਗੁਏਜ ਅਗੇਂਸਟ ਦੀ MLAs, ਨੋ ਐਕਸ਼ਨ। ਆਹ ਹੁਣ 2020 ਦਾ ਵਿਵਾਦ ਉੱਠਿਆ, ਮੈਂ ਤਾਂ ਸਿਰਫ ਪੰਜਾਬ ਦਾ ਪੱਖ ਰੱਖਿਆ ਸੀ ਕਿ ਪੰਜਾਬ ਦੇ ਨਾਲ ਕਿਹੜਾ ਕਿਹੜਾ ਵਿਤਕਰਾ ਹੋਇਆ ਵਾ। ਸਾਡਾ ਪੰਜਾਬੀ ਸੂਬਾ ਬਣਨ ਤੋਂ ਬਾਅਦ ਲੰਗੜਾ ਪੰਜਾਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੈ। ਸ਼ਰਮ ਆਉਣੀ ਚਾਹੀਦੀ ਹੈ ਅਕਾਲੀਆਂ ਨੂੰ ਜਿਹੜੇ ਅੱਜ ਬਰਗਾੜੀ ਵਾਲਿਆਂ ਨੂੰ ਕਾਂਗਰਸ ਏਜੰਟ ਕਹਿੰਦੇ ਨੇ, ਉਹਨਾਂ ਦੇ ਸ਼ਿਕੰਜੇ ਕੱਸਦੇ ਨੇ। ਉਹ ਲੋਕ ਨੇ ਉਹ ਬੈਠੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਲੜਾਈ ਲੜ ਰਹੇ ਨੇ ਇਨਸਾਫ ਲੈਣ ਵਾਸਤੇ। ਦੋ ਸਿੱਖ ਨੌਜਵਾਨ ਮਾਰੇ ਗਏ ਅੱਜ ਤੱਕ ਉਹਨਾਂ ਦੇ ਖਿਲਾਫ਼ FIR 'ਚ ਨਾਮਜ਼ਦ ਨਹੀਂ ਕੀਤੇ ਗਏ ਬੰਦੇ, ਇਹ ਵੀ ਚੁੱਭਦਾ ਸੀਗਾ। ਇਹ ਸਾਰੀਆਂ ਗੱਲਾਂ ਮੈਂ ਜਿਸ ਦ੍ਰਿੜਤਾ ਨਾਲ ਪਹਿਲਾਂ ਲੜ ਰਿਹਾ ਸੀਗਾ, ਮੇਰੀ ਸਪੀਡ ਹੁਣ ਤੇਜ਼ ਤਾਂ ਹੋ ਸਕਦੀ ਹੈ, ਘਟੇਗੀ ਨਹੀਂ। ਨਾ ਮੇਰਾ ਕੋਈ ਮਨੋਬਲ ਡਿੱਗਿਆ ਵਾ। 2 ਤਾਰੀਖ ਨੂੰ ਵੀਰਵਾਰ ਵਾਲੇ ਦਿਨ 2 ਅਗਸਤ ਨੂੰ ਬਠਿੰਡੇ ਪਹੁੰਚਣ ਦੀ ਕਿਰਪਾਲਤਾ ਕਰਨੀ ਤਾਂ ਕਿ ਇਹ ਸਾਰੀ ਗੱਲ ਨੂੰ ਆਪਾਂ ਰੀਰੇਲ ਕਰ ਸਕੀਏ, ਰੀਆਰਗਨਾਈਜ਼ ਕਰ ਸਕੀਏ। ਲੋਕਾਂ ਦਾ ਬੜਾ ਪ੍ਰਭਾਵ ਹੈ ਅੱਜ ਵੀ। ਇਹ ਜਿਹੜੇ ਬੰਦਿਆਂ ਦੇ ਨਾਮ ਲਏ ਨੇ, ਜਿਹੜੇ ਤਾਕਤਵਰ ਪਰਿਵਾਰ ਨੇ ਔਰ ਨਾਲ DGP ਵਰਗੇ ਪੁਲਿਸ ਆਫਿਸਰ ਜਿਹਨਾਂ ਕੋਲ ਪੂਰੀ ਮਸ਼ੀਨਰੀ ਆ, ਜਿਹਨਾਂ ਕੋਲ ਪੂਰਾ ਇੰਟੈਲੀਜੈਂਸ ਦਾ ਇੱਕ ਪੂਰਾ ਵੱਡਾ ਡਿਪਾਰਟਮੈਂਟ ਆ, ਉਹ ਅਰਸੇ ਤੋਂ ਮੇਰੇ ਖਿਲਾਫ਼ ਸਾਜਿਸ਼ਾਂ ਘੜ ਰਹੇ ਸੀਗੇ ਅਰਸੇ ਤੋਂ। 10 ਸਾਲ ਦੇ ਅਕਾਲੀ ਦਲ ਦੇ ਰਾਜ ਵਿੱਚ 6 ਮੁਕੱਦਮੇ ਦਰਜ ਹੋਏ, ਕੁਦਰਤ ਵਾਹਿਗੁਰੂ ਦੀ ਕਿਰਪਾ ਨਾਲ 6 ਦੇ 6 ਜਾਂ ਹਾਈਕੋਰਟ ਨੇ ਕੁਆਸ਼ ਕਰਤੇ ਜਾਂ ਝੂਠੇ ਪਾਏ ਗਏ। ਤਾਂ ਇਹ ਸੀਗੇ ਸੁਖਪਾਲ ਖਹਿਰਾ ਜਿਨ੍ਹਾਂ ਨੇ ਚੰਡੀਗੜ੍ਹ ਵਿਖੇ ਆਪਣੀ ਪ੍ਰੈਸ ਕਾਨਫਰੰਸ ਕੀਤੀ ਅਤੇ ਆਪਣੀ ਗੱਲ ਕਹੀ। ਅਤੇ ਤੁਹਾਨੂੰ ਕੀ ਲੱਗਦਾ ਇਸ ਮੁਤਲਕ? ਅਸੀਂ ਵੇਖ ਪਾ ਰਹੇ ਹਾਂ ਕਿ ਕਾਲਰ ਸਾਨੂੰ ਕਾਲਸ ਕਰ ਰਹੇ ਨੇ, ਲੈ ਲਈਏ ਇਹਨਾਂ ਦੀ ਵੀ ਕਾਲਸ ਵੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਰਭਜਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਕੇਸ਼ ਸਿੰਘ ਜੀ। ਹਰਕੀਤ, ਕਾਫੀ ਡਰਾਮਾਬਾਜ਼ੀ ਹੋ ਰਹੀ ਹੈ ਜੀ ਨਾ ਪੰਜਾਬ ਦੇ ਵਿੱਚ। ਇੱਕ ਗੱਲ ਮੈਂ ਤੁਹਾਨੂੰ ਬਿਲਕੁਲ ਸਹਿਮਤ ਹਾਂ ਕਿ ਵੀ ਖਹਿਰਾ ਸਾਹਿਬ ਨੇ ਆਪਣੇ ਸਟੈਂਡ ਤੋਂ ਪਿੱਛੇ ਨਹੀਂ ਹਟਿਆ ਜੀ। ਉਹਨੇ ਮਜੀਠੀਏ ਨੂੰ ਅਕਿਊਜ਼ ਕੀਤਾ ਜੀ, ਉਹ ਹੱਲੇ ਤੱਕ ਵੀ ਉਸ ਸਟੈਂਡ ਤੇ ਖੜਾ ਹੈਗਾ ਜੀ ਜੀ। ਤੇ ਮੈਂ ਇਹ ਗਰੰਟੀ ਨਾਲ ਕਹਿ ਸਕਦਾ ਕਿ ਜੇ ਮਜੀਠੀਏ ਜੇ ਮਤਲਬ ਜਦੋਂ ਖਹਿਰਾ ਸਾਹਿਬ ਹੁੰਦੇ ਨਾ ਮਤਲਬ ਚੀਫ ਮਿਨਿਸਟਰ ਪੰਜਾਬ ਦੇ ਹੁੰਦੇ ਜੀ, ਤੇ ਮਜੀਠੀਆ ਸਾਹਿਬ ਜਿਹਨੂੰ ਸਿੱਖਾਂ ਦੇ ਪਿੱਛੇ ਜ਼ਰੂਰ ਹੁੰਦੇ ਜੀ ਜੀ। ਔਰ ਜੇ ਮਜੀਠੀਆ ਸਿੱਖਾਂ ਦੇ ਪਿੱਛੇ ਹੁੰਦੇ ਤੇ ਅਕਾਲੀ ਪਾਰਟੀ ਵੀ ਟੋਟਲੀ ਡਿਸਮੈਂਟਲ ਹੋ ਜਾਣੀ ਸੀਗੀ ਜੀ ਹਲੇ ਜੀ। ਪਰ ਇਹ ਮਤਲਬ ਮੇਰਾ ਖਿਆਲ ਹੈ ਕਿ ਕੈਪਟਨ ਦੇ ਬਸ ਦੀ ਗੱਲ ਨਹੀਂ ਹੈਗੀ ਹਲੇ, ਲੇਕਿਨ ਖਹਿਰਾ ਆਪਣੇ ਸਟੈਂਡ ਤੋਂ ਨਹੀਂ ਪਿੱਛੇ ਹਟਿਆ ਹਲੇ। ਤੇ ਦੂਸਰੀ ਗੱਲ ਹੈ ਜਿਹੜੀ ਪਾਰਟੀ ਆ, ਜਿਹੜੀ ਆਮ ਪਾਰਟੀ ਆ ਕਿ ਨਾ ਅਰਗੀ, ਤੇ ਤੁਹਾਨੂੰ ਵੀ ਪਤਾ ਹੈਗਾ ਕਿ ਇੱਕ ਨਾ ਯੂਨੋ ਇਟ ਕੇਮ ਔਨ ਦਾ ਬਾਉਂਸ ਯੂਨੋ, ਹਾਲਤ ਨੇ ਪੈਦਾ ਕੀਤੀ ਸੀਗੀ ਯੂਨੋ, ਉਹਨੂੰ ਇੰਗਲਿਸ਼ ਕਹਿੰਦੇ ਆ ਯੂਨੋ ਕਮ ਔਨ ਦਾ ਬਾਉਂਸ। ਇਸ ਕਰਕੇ ਮਤਲਬ ਹਾਲਤ ਏਦਾਂ ਦੀ ਸੀ, ਕਾਂਗਰਸ ਮਤਲਬ ਕਾਫੀ ਤਰ੍ਹਾਂ ਬਦਨਾਮ ਹੋ ਚੁੱਕੀ ਸੀ ਜਿਹਨੂੰ ਬੁਰੀ ਤਰ੍ਹਾਂ, ਤੇ ਕਰਪਸ਼ਨ ਸੀ, ਹੋਰ ਬਹੁਤ ਸਾਰੇ ਸੀਗੇ। ਉਹ BJP ਵੀ ਇਸੇ ਕਰਕੇ
ਪਾਵਰ ਚ ਆ ਗਈ ਤੇ ਆਮ ਪਾਰਟੀ ਵੀ ਇਸ ਕਰਕੇ ਪਾਵਰ ਚ ਆਈ ਸੀਗੀ ਹਨੇ ਜੀ ਬਿਲਕੁਲ ਲੋਕ ਪਰੇਸ਼ਾਨ ਸੀਗੇ ਉੱਥੇ ਕਾਂਗਰਸ ਤੋਂ ਪਰੇਸ਼ਾਨ ਸੀਗੇ ਇੱਥੋਂ ਅਕਾਲੀਆਂ ਤੋਂ ਪਰੇਸ਼ਾਨ ਸੀਗੇ ਬਿਲਕੁਲ ਜਿਹੜੇ ਅਕਾਲੀ ਸੀਗੇ ਇੱਧਰ ਹਾਂਜੀ ਇਹ ਇਹਨਾਂ ਤੋਂ ਜਿਹੜਾ ਜਿਹੜਾ ਸਿੱਖ ਯੂਨੋ ਜਿਹੜਾ ਹੌਟ ਮਾਈਂਡਡ ਸੀਗਾ ਉਹ ਅਕਾਲੀਆਂ ਤੋਂ ਬਹੁਤ ਗੁੱਸੇ ਆ ਹਾਂਜੀ ਜੀ ਜੀ ਉਹ ਉਹਨਾਂ ਨੂੰ ਮਤਲਬ ਜਿਹਨੂੰ ਇਸੇ ਕਰਕੇ ਬਾਹਰਲੇ ਮੁਲਕਾਂ ਚ ਲੁਕੀ ਗਏ ਕਿਉਂਕਿ ਜੋ ਅਕਾਲੀਆਂ ਨੇ ਕੀਤਾ ਬੀਜੇਪੀ ਦੇ ਨਾਲ ਰਲ ਕੇ ਹਕੂਮਤ ਚਲਾਈ ਤੇ ਜਿਹੜੇ ਹੌਟ ਮਾਈਂਡਡ ਆ ਉਹਨਾਂ ਨੂੰ ਕਾਫੀ ਇਹ ਚੀਜ਼ ਦੀ ਤਕਲੀਫ਼ ਔਰ ਹਾਲੇ ਵੀ ਹੈਗੀ ਆ ਹਾਂਜੀ ਇਹ ਕਾਫੀ ਸੈੱਟ ਬੈਕ ਹੈ ਮੇਰਾ ਆਪਣਾ ਵਿਚਾਰ ਹੈ ਕਿੰਨਾ ਹਰਜੀਤ ਸਿੰਘ ਜੋ ਦੱਸਦੇ ਆ ਜਿਹਨੂੰ ਪੋਲੀਟਿਕਸ ਬੜੀ ਬੜੀ ਡੂੰਘੀ ਚੀਜ਼ ਹੈ ਇਹ ਕੇਜਰੀਵਾਲ ਨੇ ਨਾ ਇਵੈਂਚੁਅਲੀ ਇਹਨਾਂ ਨੇ ਨਾ ਆਈ ਥਿੰਕ ਦੇ ਗੋਇੰਗ ਟੂ ਅਮਲਗਾਮੇਟ ਵਿਦ ਕਾਂਗਰਸ ਹਾਂਜੀ ਇਹ ਇਹਨੂੰ ਪਤਾ ਕਿ ਇਹ ਜਦੋਂ ਆਮ ਪਾਰਟੀ ਦੇ ਬੇਸਿਸ ਤੇ ਇਹ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਨਹੀਂ ਬਣ ਸਕਦਾ ਔਰ ਕਾਂਗਰਸ ਪਾਰਟੀ ਉਦਾਂ ਠੀਕ ਹੈ ਇਹ ਪ੍ਰੋਪਰ ਇੰਸਟੀਟਿਊਸ਼ਨ ਹੈਗੀ ਆ ਆਮ ਪਾਰਟੀ ਇੰਸਟੀਟਿਊਸ਼ਨ ਨਹੀਂ ਬਣ ਸਕੀ ਅਕਾਲੀ ਪਾਰਟੀ ਵੀ ਇੰਸਟੀਟਿਊਸ਼ਨ ਹੈਗੀ ਆ ਹਾਂਜੀ ਭਾਵੇਂ ਚੰਗੀ ਆ ਜਾਂ ਮਾੜੀ ਆ ਲੇਕਿਨ ਮੇਰਾ ਖਿਆਲ ਹੈ ਕਿ ਕੇਜਰੀਵਾਲ ਦੀ ਜਿਹੜੀ ਅੱਖ ਆ ਉਹ ਹਿੰਦੁਸਤਾਨ ਦੇ ਚੀਫ ਮਿਨਿਸਟਰਸ਼ਿਪ ਤੇ ਆ ਔਰ ਉਹ ਆਪ ਆਮ ਪਾਰਟੀ ਦੇ ਥਰੂ ਨਹੀਂ ਬਣ ਸਕਦਾ ਇਵੈਂਚੁਅਲੀ ਟਰਨ ਦਾ ਟਾਈਮ ਹੀ ਵਿਲ ਕਮ ਇਨ ਟੂ ਦਾ ਕਾਂਗਰਸ ਪਾਰਟੀ ਦਿਸ ਇਜ਼ ਮਾਈ ਓਪੀਨੀਅਨ ਕਿਉਂਕਿ ਜੇ ਰਾਹੁਲ ਠੀਕ ਹੈ ਪਰ ਉਹ ਪ੍ਰਾਈਮ ਮਿਨਿਸਟਰ ਵਾਸਤੇ ਇੰਨਾ ਕੋਈ ਕਾਬਲ ਮੁੰਡਾ ਨਹੀਂ ਹੈਗਾ ਯੂ ਨੋ ਦਿਸ ਇਜ਼ ਮਾਈ ਓਪੀਨੀਅਨ ਸੋ ਯੂ ਨੋ ਇਸ ਵੈਰੀ ਮੇਰਾ ਖਿਆਲ ਹੈ ਮੈਂ ਕਿਹਾ ਜੀ ਉਹੀ ਹੈ ਤੇ ਸਿਆਸਤ ਦੇ ਵਿੱਚ ਕੁਝ ਵੀ ਹੋ ਸਕਦਾ ਨਹੀਂ ਪਤਾ ਚੱਲ ਸਕਦਾ ਕਾਂਗਰਸ ਦੇ ਨਾਰਾ ਜਾਣਾ ਜੀ ਜੀ ਸੋ ਯੂ ਨੋ ਉਹ ਦੂਸਰੀ ਵਾਰ ਦੇਖੀਏ ਕਿ ਊਟ ਕਿਹਦੇ ਪਾਸੇ ਨੂੰ ਬਹਿੰਦਾ ਹੈਗਾ ਪਰ ਇਸੇ ਵੇਰੀ ਸੈੱਟ ਬੈਕ ਯੂ ਨੋ ਜਿਹੜਾ ਅਸੀਂ ਚਾਹੁੰਦੇ ਸੀ ਉਹ ਗੱਲ ਨਹੀਂ ਹੋਈ ਹੈਗੀ ਇਹ ਬੜੀ ਸੈਡ ਚੀਜ਼ ਹੈ ਹਜੇ ਜੀ ਇਸ ਵੇਲੇ ਪੰਜਾਬ ਦੇ ਵਿੱਚ ਪ੍ਰੋਪਰ ਆਪੋਜੀਸ਼ਨ ਵੀ ਹੈ ਨੀਗੀ ਕਿਉਂਕਿ ਸਾਰੀ ਆਪੋਜੀਸ਼ਨ ਜਿਹੜੀ ਆ ਬੜੀ ਖਿਲ ਰਹੀ ਉਹਦੇ ਉਹਦੇ ਤਿੰਨੇ ਜਿਹੜੇ ਬਿਲਕੁਲ ਖਿਲਰ ਚੁੱਕੇ ਹੈਗੇ ਆ ਸੋ ਜੇ ਸੈਡ ਇਹ ਸੈੱਟ ਬੈਕ ਪਰ ਦੇਖੋ ਕਿਸ ਤਰ੍ਹਾਂ ਹੁੰਦੀ ਹੈਗੀ ਆ ਚਲੋ ਜੀ ਮੰਗਲ ਸਿੰਘ ਜੀ ਕੀ ਕਹਿਣਾ ਚਾਹੋਗੇ ਠੀਕ ਹੈ ਜੀ ਹਰਪਾਲ ਸਿੰਘ ਖਹਿਰਾ ਬਹੁਤ ਵਧੀਆ ਲੀਡਰ ਹੈ ਜੀ ਇਹੋ ਜਿਹੇ ਲੀਡਰਾਂ ਦੀ ਪੰਜਾਬ ਨੂੰ ਸਖ਼ਤ ਲੋੜ ਹੈ ਜੀ ਜੋ ਸਾਰਾ ਸੁਖਪਾਲ ਸਿੰਘ ਖਹਿਰਾ ਦੇ ਨਾਲ ਆ ਜੋ ਵੀ ਪਾਰਟੀ ਦਾ ਚੱਕਰ ਚੱਕਦੇ ਇਹੀ ਚੱਕਦੇ ਆ ਜੀ ਜੀ ਜਿੱਥੇ ਤੱਕ ਪਾਰਟੀ ਗਈ ਉਹ ਇਹਨਾਂ ਦੀ ਬਦੌਲਤ ਗਈ ਆ ਜੀ ਅਸੀਂ ਇੱਥੇ ਭਾਰਤ ਫੋਰਨ ਵਿੱਚ ਬੈਠੇ ਵੀ ਇਹਨਾਂ ਦਾ ਸਾਥ ਦੇਵਾਂਗੇ ਜਿੱਦਾਂ ਦੇ ਹੋਇਆ ਸਾਡੇ ਕੋਲ ਸਾਰਾ ਯੂਦਰਾਂ ਦੇ ਨਾਲ ਆ ਜੀ ਪਾਰਟੀ ਨੂੰ ਇੱਦਾਂ ਦਾ ਕਦਮ ਚੱਕਣ ਤੋਂ ਪਹਿਲਾਂ 100 ਵਾਰੀ ਸੋਚਣਾ ਚਾਹੀਦਾ ਸੀ ਕਰੈਕਟ ਤੇ ਤੁਸੀਂ ਕਿਹੜੀ ਜਗ੍ਹਾ ਤੋਂ ਪੰਜਾਬ ਤੋਂ ਅਸੀਂ ਸੁਰਖਪੁਰ ਪੰਡਾਲ ਬੇੜ ਦੋਨੋਂ ਪਿੰਡ ਲਾਗੇ ਲਾਗੇ ਜੀ ਉੱਥੇ ਹੀ ਆ ਜੀ ਜੀ ਜਦ ਤੁਸੀਂ ਆਏ ਸੀ ਇੱਥੇ ਤੇ ਕੀ ਹਾਲ ਸੀਗੇ ਇਸ ਟਾਈਮ ਪੰਜਾਬ ਦੇ ਮੈਨੂੰ ਆਇਆ ਨੂੰ ਬਹੁਤ ਥੋੜਾ ਟਾਈਮ ਹੋਇਆ ਜੀ ਇੱਥੇ ਜਦੋਂ ਇਸ ਵਾਰੀ ਇਲੈਕਸ਼ਨ ਹੋਣੀ ਆ ਮੈਂ ਪੰਜਾਬ ਦੇ ਵਿੱਚ ਹੀ ਸੀਗਾ ਸੁਖਪਾਲ ਸਿੰਘ ਖਹਿਰਾ ਦੀ ਹਰ ਇੱਕ ਮੀਟਿੰਗ ਅਟੈਂਡ ਕੀਤੀ ਜੀ ਠੀਕ ਹੈ ਜੀ ਠੀਕ ਹੈ ਤੇ ਬਹੁਤ ਬਹੁਤ ਧੰਨਵਾਦ ਤੇ ਯੂਥ ਤੁਸੀਂ ਕਹਿ ਰਹੇ ਹੋ ਉਹ ਨਾਲ ਹੈ ਔਰ ਤੁਸੀਂ ਬਿਲਕੁਲ ਉਹਨਾਂ ਦੇ ਹਰ ਗੱਲ ਦੇ ਵਿੱਚ ਨਾਲ ਖੜੇ ਹੋ ਤੇ ਲੇਕਿਨ ਹੁਣ ਸਵਾਲ ਇੱਥੇ ਇਹ ਬਣਦਾ ਮੈਂ ਦਰਸ਼ਕਾਂ ਤੋਂ ਇਹ ਜ਼ਰੂਰ ਪੁੱਛਣਾ ਚਾਹੁੰਦਾ ਕਿ ਸਾਡੇ ਅਸੀਂ ਲੋਕਤੰਤਰ ਕਹਿੰਦੇ ਹਾਂ ਭਾਰਤ ਨੂੰ ਔਰ ਲੋਕਤੰਤਰ ਇਸ ਕਰਕੇ ਕਿਹਾ ਜਾਂਦਾ ਕਿ ਲੋਕਾਂ ਦਾ ਤੰਤਰ ਲੋਕਾਂ ਦੀ ਗੱਲ ਲੋਕਾਂ ਦੇ ਮਸਲੇ ਲੋਕਾਂ ਦੇ ਸੁਪਨੇ ਲੋਕਾਂ ਦੇ ਡਿਵਲਪਮੈਂਟਸ ਲੋਕਾਂ ਲਈ ਐਜੂਕੇਸ਼ਨ ਲੋਕਾਂ ਲਈ ਵੈਲਫੇਅਰ ਲੋਕਾਂ ਲਈ ਹੈਲਥ ਸਿਸਟਮ ਲੋਕਾਂ ਲਈ ਡਿਵਲਪਮੈਂਟ ਲੋਕਾਂ ਲਈ ਰੋਡਾਂ ਲੋਕਾਂ ਲਈ ਘਰ ਲੋਕਾਂ ਦੇ ਸੁਪਨੇ ਮਤਲਬ ਕਹਿਣ ਦਾ ਭਾਵ ਹੈ ਕਿ ਲੋਕਤੰਤਰ ਕਹਿੰਦੇ ਆ ਲੇਕਿਨ ਹੁਣ ਕੀ ਤੁਹਾਨੂੰ ਲੱਗਦਾ ਕਿ ਕਈ ਅਜਿਹੀਆਂ ਪਾਰਟੀਆਂ ਜਿਨ੍ਹਾਂ ਦੇ ਅਹੁਦੇਦਾਰ ਜੋ ਕਿ ਕਾਬਲ ਨੇ ਪ੍ਰਧਾਨ ਦੇ ਰੂਪ ਦੇ ਵਜੋਂ ਕਿ ਹੁਣ ਉਹ ਲੋਕਤੰਤਰ ਦਾ ਮਜ਼ਾਕ ਉਡਾ ਰਹੇ ਨੇ ਸਰੇਆਮ ਔਰ ਜੋ ਇਮਾਨਦਾਰੀ ਨਾਲ ਕੰਮ ਕਰਨਾ ਚਾਹੁੰਦਾ ਜਾਂ ਵਾਕਈ ਹੀ ਉਹ ਇਮਾਨਦਾਰ ਹੈ ਔਰ ਉਹਨੇ ਅੱਜ ਤੱਕ ਜ਼ਿੰਦਗੀ ਦੇ ਵਿੱਚ ਕਦੀ ਬੇਈਮਾਨੀ ਨਹੀਂ ਕੀਤੀ ਕਿ ਉਸ ਇਮਾਨਦਾਰ ਨੂੰ ਇਹ ਚਾਹੁੰਦੇ ਨੇ ਕਿ ਤੂੰ ਬੇਈਮਾਨ ਬਣ ਸਾਡੇ ਨਾਲ ਰਲ ਸਾਡੇ ਨਾਲ ਚੱਲ ਤਾਂ ਤੈਨੂੰ ਅੱਗੇ ਜਾਣ ਦੇਵਾਂਗੇ ਨਹੀਂ ਤਾਂ ਤੈਨੂੰ ਅੱਗੇ ਨਹੀਂ ਜਾਣ ਦੇਵਾਂਗੇ ਕੀ ਹੈ ਲੋਕਤੰਤਰ ਦੀ ਸਰੇਆਮ ਹੱਤਿਆ ਕੀਤੀ ਜਾ ਰਹੀ ਹੈ ਔਰ ਕਹਿ ਕੇ
ਕਿਹਾ ਜਾ ਰਿਹਾ ਕਿ ਅਸੀਂ ਲੋਕਤੰਤਰ ਨਹੀਂ ਅਸੀਂ ਬੇਈਮਾਨ ਤੰਤਰ ਬਣਾ ਰਹੇ ਹਾਂ। ਕੀ ਤੁਹਾਨੂੰ ਲੱਗਦਾ ਤਾਂ ਤੁਸੀਂ ਅੱਜ ਦੇ ਮੁੱਦੇ ਦੇ ਵਿੱਚ ਜੋ ਅਸੀਂ ਗੱਲ ਕੀਤੀ ਤੁਸੀਂ ਕਨਕਲੂਜਨ ਵੀ ਆਪ ਕੱਢਿਆ ਤੁਸੀਂ ਮੈਨੂੰ, ਮੈਂ ਸਿਰਫ ਇਹ ਸੁਖਪਾਲ ਖਹਿਰਾ ਹੋਰਾਂ ਦੀ ਗੱਲ ਨਹੀਂ ਕਰ ਰਿਹਾ, ਆਈ ਐਮ ਜਸਟ ਟਾਕਿੰਗ ਅਬਾਊਟ ਐਵਰੀ ਅਦਰ ਓਨੈਸਟ ਪੀਪਲ ਲਿਵਿੰਗ ਇਨ ਇੰਡੀਆ, ਐਨੀ ਅਦਰ ਓਨੈਸਟ ਪੋਲੀਟੀਸ਼ੀਅਨ ਹੂ ਇਜ਼ ਡੂਇੰਗ ਗੁੱਡ ਫੋਰ ਇੰਡੀਆ, ਕੀ ਹੈ ਉਹਦੇ ਨਾਲ ਵਾਕਈ ਹੋ ਰਿਹਾ। ਯੂ ਕੈਨ ਰਾਈਟ ਮੀ info@justbroadcasting.com, harkeerat@justbroadcasting.com, ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਜਿਹੇ ਹੋਰ ਵੀ ਕਈ ਮੁੱਦੇ ਇਸ ਮੁਤਲਕ ਲੈ ਕੇ ਆਏ ਜਾਣ ਤਾਂ ਤੁਸੀਂ ਉਹ ਵੀ ਮੈਨੂੰ ਲਿਖ ਸਕਦੇ ਹੋ। ਫਿਲਹਾਲ ਅੱਜ ਮੇਰੇ ਕੋਲ ਸਮਾਂ ਬਹੁਤਾ ਨਹੀਂ ਹੈਗਾ, ਜਿਨ੍ਹਾਂ ਕਾਲਰਸ ਦੀ ਮੈਂ ਕਾਲਸ ਨਹੀਂ ਚੱਕ ਪਾਇਆ ਉਹਨਾਂ ਨੂੰ ਮੈਂ ਰੀਅਲੀ ਅਪੋਲੋਜਾਈਜ਼ ਕਰਦਾ, ਔਰ ਤੁਸੀਂ ਅਗਰ ਕਾਲ ਕਰ ਰਹੇ ਸੀਗੇ ਅਗਰ ਨਹੀਂ ਚੱਕੀ ਤਾਂ ਤੁਸੀਂ ਮੈਨੂੰ ਮੇਲ ਕਰ ਦਿਉ, ਮੈਂ ਤੁਹਾਨੂੰ ਈਮੇਲ ਆਈ ਡੀ ਦਿੱਤੀ ਹੈ, ਮੈਂ ਦੁਬਾਰਾ ਦੁਹਰਾ ਦੇਣਾ, harkeerat@justbroadcasting.com, info@justbroadcasting.com ਦੇ ਉੱਤੇ ਮੇਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ, ਤੁਹਾਡਾ ਜਿਹੜਾ ਵੀਕਐਂਡ ਹੈ ਬਹੁਤ ਵਧੀਆ ਗੁਜ਼ਰੇ, ਹੱਸਦੇ ਰਹੋ, ਮੁਸਕਰਾਉਂਦੇ ਰਹੋ ਔਰ ਖੁਸ਼ ਰਹੋ। ਸਤਿ ਸ਼੍ਰੀ ਅਕਾਲ।